ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਵੱਲੋਂ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਪੁਲਿਸ ਦੇ ਵੱਲੋਂ ਲਗਾਤਾਰ ਪਬਲਿਕ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਅਤੇ ਲੋਕਾਂ ਦੇ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ। ਇਸੇ ਕੜੀ ਦੇ ਵਿਚ ਬਠਿੰਡਾ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਲੇ ਡਿਫੈਂਸ ਕਮੇਟੀ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਦੇ ਵਿਚ ਪ੍ਰਮੁੱਖ ਤੌਰ ਤੇ ਕਾਲਜਾਂ ਦੇ ਡਾਕਟਰ, ਫਿਲਾਸਫਰ ਅਤੇ ਸਮਾਜ ਸੇਵੀ ਲੋਕਾਂ ਤੋਂ ਇਲਾਵਾ ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਾਮਲ ਰਹੇ। ਇਸ ਮੀਟਿੰਗ ਵਿਚ ਲਗਾਤਾਰ ਪੰਜਾਬ ਦੇ ਵਿਚ ਵੱਧ ਰਹੇ ਨਸ਼ੇ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਵੱਲੋਂ ਮਿਲ ਕੇ ਨਸ਼ੇ ਨੂੰ ਰੋਕਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਜਿਹੇ ਵਿਸ਼ਿਆਂ ਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉੱਥੇ ਹੀ ਡਾਕਟਰਾਂ, ਕੌਂਸਲਰਾਂ ਅਤੇ ਸਮਾਜ ਸੇਵੀਆਂ ਵੱਲੋਂ ਨਸ਼ੇ ਦੀ ਲਾਹਨਤ ਦੇ ਉੱਪਰ ਆਪਣੇ ਵਿਚਾਰ ਰੱਖੇ ਗਏ ਅਤੇ ਸੁਧਾਰ ਦੇ ਲਈ ਆਪਣੇ ਸੁਝਾਅ ਵੀ ਦਿੱਤੇ। ਅੱਜ ਅਸੀਂ ਜਿਹੜਾ ਸਿਟੀ 1 ਸਬ ਡਿਵੀਜ਼ਨ ਬਠਿੰਡਾ ਹੈਗੀ ਅੰਡਰ ਦ ਚਾਰਜ ਆਫ ਡੀਐਸਪੀ ਸਿਟੀ 1 ਹਰਵੰਤ ਸਿੰਘ, ਇਹਨਾਂ ਦੇ ਏਰੀਆ 'ਚ ਜਿਹਦੇ 'ਚ ਕੋਤਵਾਲੀ ਔਰ ਕਨਾਲ ਕਲੋਨੀ ਦੋਨੋਂ ਥਾਣੇ ਪੈਂਦੇ, ਅਸੀਂ ਇੱਥੇ ਦੇ ਜਿਹੜੇ ਮੋਹਤਵਾਰ ਵਿਅਕਤੀ ਹੈਗੇ ਔਰ ਜਿਹੜੇ ਲੋਕਲ ਬੀਡੀਸੀ ਜਿਹੜਾ ਸਾਡਾ ਅੱਜ ਕੱਲ੍ਹ ਪੰਜਾਬ ਪੁਲਿਸ ਨੇ ਮੁਹਿੰਮ ਚਲਾਈ ਹੈ ਵਿਲੇਜ ਡਿਫੈਂਸ ਕਮੇਟੀ, ਉਹਦੇ ਮੈਂਬਰਾਂ ਨੂੰ ਇੱਥੇ ਬੁਲਾਇਆ ਸੀ ਇੰਟਰੈਕਸ਼ਨ ਲਈ, ਜਿਹਦੇ 'ਚ ਮੈਂ ਔਰ ਮੇਰੇ ਨਾਲ SPD ਅਜੇ ਗਾਂਧੀ, ਅਸੀਂ ਦੋਨੋਂ ਔਰ DSP ਸਿਟੀ 1 ਤੋਂ ਸੀਗੇ, ਅਸੀਂ ਇੱਥੇ ਸ਼ਾਮਿਲ ਹੋਏ ਸੀ। ਅਤੇ DSP ਸਿਟੀ 1 ਨੂੰ ਮੈਂ ਕੰਗਰੈਚੁਲੇਟ ਕਰਾਂਗੀ ਜੀ, ਇਹਨਾਂ ਨੇ ਬਹੁਤ ਵਧੀਆ ਇੱਥੇ ਬੜੇ ਸ਼ਾਰਟ ਨੋਟਿਸ 'ਤੇ ਕਾਫੀ ਇੱਥੇ ਗੈਦਰਿੰਗ ਕੀਤੀ ਅਤੇ ਬੜੇ ਅੱਛੇ ਇੱਥੇ ਸਪੀਕਰਸ ਬੁਲਾਏ, ਜਿਹਦੇ 'ਚ ਕੁਛ ਅਸਿਸਟੈਂਟ ਪ੍ਰੋਫੈਸਰ ਸੀ ਬਾਬਾ ਫਰੀਦ ਯੂਨੀਵਰਸਿਟੀ ਦੇ, ਕੋਈ ਜ਼ਿਲ੍ਹਾ ਭਾਸ਼ਾ ਅਫਸਰ ਸੀਗੇ, ਮਤਲਬ ਜਿਹੜੇ ਐਕਸਪੀਰੀਅੰਸ ਲੋਕ ਸੀ ਜਿਹੜੀ ਚੰਗੀ ਗੱਲਾਂ ਪਬਲਿਕ ਨੂੰ ਅਵੇਅਰ ਕਰ ਸਕਦੇ, ਉਹਨਾਂ ਸਾਰਿਆਂ ਨੇ ਬੜੀ ਅੱਛੀ ਇੰਟਰੈਕਸ਼ਨ ਕੀਤੀ ਔਰ NGOs ਵੀ ਸੀਗੇ, ਔਰ ਅਸੀਂ ਪਬਲਿਕ ਨੂੰ ਪ੍ਰਾਈਸ ਕੀਤਾ ਕਿ ਅਸੀਂ ਕਿਹੜੇ ਕਿਹੜੇ ਮੁਹਿੰਮ ਚਲਾ ਰਹੇ ਔਰ ਤੁਸੀਂ ਐਜ਼ ਅ ਕਮਿਊਨਿਟੀ ਸਾਡੇ ਨਾਲ ਇਸ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹਦੇ 'ਚ ਸਾਡਾ ਸਾਥ ਦਿਓ, ਔਰ ਆਪਣੇ ਜਿਹੜੇ ਜਿਹੜੇ ਵੀ ਸਰਕਾਰ ਵੱਲੋਂ ਨੰਬਰ ਜਾਰੀ ਕੀਤੇ, ਪਿਛਲੇ ਦਿਨੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵੀ ਇੱਕ ਸਪੈਸ਼ਲ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ, ਮੈਂ ਉਹਨਾਂ ਨੂੰ ਜਾਣੂ ਕਰਵਾਇਆ ਕਿ ਇਹਦੇ 'ਚ ਜਿਹੜੀ ਕਾਲਰ ਹੈ ਉਹਨਾਂ ਦੀ ਆਈਡੈਂਟੀ ਰਿਵੀਲ ਨਹੀਂ ਹੁੰਦੀ, ਤਾਂ ਕੋਈ ਵੀ ਬੰਦਾ ਜੈਨੂਇਨ ਜਿਹੜੀ ਡਰੱਗ ਦੀ ਇਨਪੁੱਟ ਹੈ ਉਹਦੇ 'ਚ ਬਿਨਾਂ ਕਿਸੇ ਡਰ ਤੋਂ ਦੇ ਸਕਦਾ ਕਿ ਸਾਡੀ ਆਈਡੈਂਟੀ ਰਿਵੀਲ ਨਹੀਂ ਹੋਏਗੀ, ਔਰ ਬਾਕੀ ਵੀ ਜੋ ਵੀ ਅਸੀਂ ਕੰਮ ਕੀਤਾ ਨਸ਼ੇ ਦੇ ਖਿਲਾਫ ਉਹਨਾਂ ਨੂੰ ਜਾਣੂ ਕਰਵਾਇਆ, ਔਰ ਬੇਸਿਕਲੀ ਸਾਡੀ ਇੱਕ ਅਪੀਲ ਹੀ ਹੈ ਕਿ ਪਬਲਿਕ ਸਾਡੇ ਨਾਲ ਇਸ ਮੁਹਿੰਮ 'ਚ ਜੁੜੇ, ਕਿਉਂਕਿ ਇਹ ਸਾਡਾ ਸਾਰਿਆਂ ਦਾ ਕਾਮਨ ਓਬਜੈਕਟਿਵ ਹੈ, ਕਿਉਂਕਿ ਜਦੋਂ ਤੱਕ ਅਸੀਂ ਇਹਨੂੰ ਆਪਣੇ ਘਰ ਦੀ ਜੰਗ ਆਪਣਾ ਪਰਸਨਲ ਇਸ਼ੂ ਮੰਨ ਕੇ ਨਹੀਂ ਚੱਲਾਂਗੇ, ਉਨੀ ਦੇਰ ਅਸੀਂ ਇੰਨਾ ਜ਼ਿਆਦਾ ਸਕਸੀਡ ਨਹੀਂ ਕਰ ਸਕਦੇ ਇਸ ਮੁਹਿੰਮ 'ਚ, ਬਸ ਇਸੇ ਤਹਿਤ ਹੀ ਅੱਜ ਸੀਗਾ। ਇਹਨਾਂ ਨੇ ਜੀ ਬੇਸਿਕਲੀ ਤਾਂ ਇਹੀ ਕਿਹਾ ਕਿ ਪੁਰਾਣੇ ਟਾਈਮ 'ਚ ਜਿਵੇਂ ਕੁਛ ਬੀਟ ਵਗੈਰਾ ਦੀ ਗੱਲ ਕੀਤੀ ਕਿ ਲਾਈਨੋ ਪਾਰ ਸਾਨੂੰ ਸਪੈਸੀਫਿਕ ਬੰਦੇ ਦੇ ਦਿਓ, ਜਿਵੇਂ MCs ਦੱਸ ਰਹੇ ਸੀ ਕਿ ਸਾਨੂੰ ਕੋਈ ਪਬਲਿਕ ਕੰਪਲੇਂਟ ਕਰਦੀ ਹੈ ਅਤੇ ਕਈ ਵਾਰੀ ਫੋਰਸ ਟਾਈਮਲੀ ਨਹੀਂ ਪਹੁੰਚਦੀ ਤਾਂ ਸਾਡੇ 'ਤੇ ਵੀ ਜ਼ਿੰਮੇਵਾਰੀ ਬਣਦੀ ਹੈ, ਤਾਂ ਉਹਦੇ 'ਚ ਇਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਾਨੂੰ ਕੁਛ ਡੈਡੀਕੇਟਿਡ ਟੀਮ ਦੇ ਦਿਓ, ਉਹ ਅਸੀਂ ਵਰਕਆਊਟ ਕਰਕੇ ਜ਼ਰੂਰ ਕੁਛ ਨਾ ਕੁਛ ਹੱਲ ਲੱਭਾਂਗੇ, ਅਦਰਵਾਈਜ਼ ਸਾਡੀ PCR ਦੀ ਟੀਮਾਂ, ਸਾਡੇ ਆਪਣੇ ਨੰਬਰ ਸਾਰੇ ਅਸੀਂ ਅਵੇਲੇਬਲ ਹੈ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਆਈ ਇਨਸ਼ੋਰ ਕਿ ਸਾਡੀ ਟੀਮ ਮੌਕੇ 'ਤੇ ਪਹੁੰਚੇ। ਇਸ ਮੀਟਿੰਗ ਦੀ ਅਗਵਾਈ SSP ਬਠਿੰਡਾ ਅਮਨੀਤ ਕੌਂਡਲ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਦਾ ਗਠਨ ਕਰਨ ਦਾ ਉਦੇਸ਼ ਪੰਜਾਬ ਸਰਕਾਰ ਵੱਲੋਂ ਨਸ਼ੇ ਵਰਗੀ ਭਿਆਨਕ ਬਿਮਾਰੀ ਅਤੇ ਲਾਹਨਤ ਨੂੰ ਪੰਜਾਬ ਵਿੱਚੋਂ ਦੂਰ ਕਰਨਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ੇ ਤੋਂ ਦੂਰ ਹੋ ਕੇ ਖੇਡਾਂ ਅਤੇ ਪੜ੍ਹਾਈ ਵੱਲ ਆਉਣ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਸੁਝਾਅ ਵੀ ਸੁਣ ਰਹੇ ਹਾਂ ਅਤੇ ਉਸ ਦੇ ਉੱਪਰ ਕਾਰਵਾਈ ਵੀ ਕਰ ਰਹੇ ਹਾਂ। ਜਿੱਥੇ ਇਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਉਸੇ ਹਿਸਾਬ ਨਾਲ ਪੁਲਿਸ ਦੀਆਂ ਕਮੇਟੀਆਂ ਦਾ ਗਠਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਨਸ਼ੇ ਦੇ ਉੱਤੇ ਕਾਬੂ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਅੱਗੇ ਆ ਕੇ ਸਾਥ ਦੇਣਾ ਸ਼ੁਰੂ ਕਰਨ ਤਾਂ ਜੋ ਇਸ ਮੀਟਿੰਗ ਦਾ ਉਦੇਸ਼ ਸਫਲ ਹੋ ਸਕੇ। ਜਗਬਾਣੀ TV ਲਈ VK ਬਹਿਲ ਦੀ ਰਿਪੋਰਟ।